ਰੱਖੜੀ ਦਾ ਤਿਉਹਾਰ ਜਿੱਥੇ ਬੜੇ ਹੀ ਚਾਵਾਂ ਨਾਲ ਮਨਾਇਆ ਜਾਂਦਾ ਹੈ ਉੱਥੇ ਇਸ ਵਾਰ ਰੱਖੜੀ ਦੇ ਤਿਉਹਾਰ ਉੱਪਰ ਕੋਰੋਨਾ ਦਾ ਜ਼ੋਰ ਨਜ਼ਰ ਆ ਰਿਹਾ ਹੈ। ਜਿੱਥੇ ਮਹਿਲਾਵਾਂ ਵੱਲੋਂ ਰੱਖੜੀ ਦੇ ਤਿਉਹਾਰ ਤੇ ਖਰੀਦਦਾਰੀ ਕੀਤੀ ਜਾ ਰਹੀ ਹੈ ਉੱਥੇ ਹੀ ਦੁਕਾਨਦਾਰਾਂ ਨੇ ਦੱਸਿਆ ਕਿ ਹੁਣ ਇਹ ਅੱਜ ਕੱਲ੍ਹ ਲੋਕ 2 ਦਿਨ ਪਹਿਲਾਂ ਹੀ ਸਮਾਨ ਖਰੀਦਦੇ ਹਨ। ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਵੀ ਹਲਵਾਈਆਂ ਵਾਂਗੂ ਐਤਵਾਰ ਦੁਕਾਨਾਂ ਖੋਲ੍ਹਣ ਦੀ ਆਗਿਆ ਦਿੱਤੀ ਜਾਵੇ ਤਾਂ ਜੋ ਅਸੀਂ ਆਪਣਾ ਰੱਖੜੀਆਂ ਦਾ ਸਮਾਨ ਸਹੀ ਤਰੀਕੇ ਨਾਲ ਵੇਚ ਸਕੀਏ। ਜਿਹੜਾ ਮਤਲਬ ਕਿ ਲੋਕ ਆਪਸੀ ਦੂਰੀ ਦਾ ਧਿਆਨ ਨਹੀਂ ਰੱਖ ਰਹੇ ਬਾਜ਼ਾਰ ਦੇ ਵਿੱਚ, ਰਸ਼ ਹੈ, ਕੀ ਕਹਿਣਾ ਚਾਹੁੰਦੇ ਉਸ ਬਾਰੇ? ਜਿਸ ਤਰ੍ਹਾਂ ਵੀ ਹੈ ਕਸਟਮਰ ਆਵੇ ਆਪਣਾ ਸਮਾਨ ਲੈ ਕੇ ਵਗੈਰਾ ਜਲਦੀ ਤੋਂ ਜਲਦੀ ਆਪਣਾ ਨਿਕਲੇ ਅਤੇ ਆਪਣਾ ਆਪਣੀ ਸੁਰੱਖਿਅਤ ਕਰੇ। ਰਸ਼ ਘੱਟ ਹੋਣਾ ਚਾਹੀਦਾ, ਰਸ਼ ਘੱਟ ਹੋਣਾ ਚਾਹੀਦਾ। ਤੁਸੀਂ ਦੇਖ ਰਹੇ ਜੋ ਲਾਈਵ ਭਾਰਤ, ਰੱਖੜੀ ਦਾ ਦੁਹਾਰ ਹੈ ਜਿਸ ਵਿੱਚ ਲੋਕਾਂ 'ਚ ਇੰਨਾ ਕੁ ਜ਼ਿਆਦਾ ਉਤਸ਼ਾਹ ਹੈ ਕਿ ਲੋਕ ਜਿਹੜੇ ਆ ਰੱਖੜੀ ਦਾ ਦੁਹਾਰ ਜਿਹੜਾ ਹੈ ਲੋਕ ਆ ਰਹੇ ਨੇ ਰੱਖੜੀ ਲੈਣ ਵਾਸਤੇ। ਅਤੇ ਜਿਹੜਾ ਗਾਹਕ ਹੈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜਿਹੜੇ ਕਸਟਮਰ ਆ ਦੁਕਾਨ 'ਤੇ ਗਾਹਕ ਆਉਂਦਾ ਉਹ ਜਿਹੜਾ ਨਹੀਂ ਆ ਰਿਹਾ, ਮਤਲਬ ਬਹੁਤ ਮਤਲਬ ਇੰਨਾ ਕੁ ਜ਼ਿਆਦਾ ਸਰਕਾਰ ਨੇ ਕਿਹਾ ਕਿ ਜਿਹੜਾ ਸੰਡੇ ਨੂੰ ਜਿਹੜਾ ਬੰਦ ਰਹੇਗਾ, ਲਵਾਈਆਂ ਨੂੰ ਛੂਟ ਦਿੱਤੀ ਹੈ ਕਿ ਜਿਹੜਾ ਬਾਜ਼ਾਰ ਆ ਉਹ ਬੰਦ ਰਹੇਗਾ ਅਤੇ ਰੱਖੜੀ ਦਾ ਦੁਹਾਰ ਜਿਹੜਾ ਉਹ ਆ ਤਾਂ ਰਹੇ ਗਾਹਕ, ਪਰ ਲੋਕ ਜਿਹੜੇ ਨੇ ਬਹੁਤ ਡਰੇ ਹੋਏ ਨੇ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਸ ਕਰ ਕਿੰਨਾ ਕੁ ਧਿਆਨ ਦਿੰਦੀ ਹੈ। ਤਰਨ ਤਾਰਨ ਤੋਂ ਸਰਬਜੀਤ ਸਿੰਘ ਦੀ ਰਿਪੋਰਟ, ਲਾਈਵ ਭਾਰਤ। ਸਰਬਜੀਤ ਸਿੰਘ ਦੀ ਰਿਪੋਰਟ, ਲਾਈਵ ਭਾਰਤ।